ਪਿਤਾ ਜੇ ਆਪਾਂ ਗੱਲ ਕਰੀਏ ਪਾਪਾ ਪਾਪਾ ਹੈ ਨਹੀਂ ਗਈ ਤੇ ਫਿਰ ਐਦਾਂ ਮੈਨੇਜ ਹੋ ਜਾਂਦਾ ਪੜ੍ਹਾਈ ਦੇ ਨਾਲ ਨਾਲ ਕੰਮ ਹਾਂਜੀ ਔਖੇ ਸੌਖੇ ਕਰਨਾ ਪੈਂਦਾ ਜੇ ਮੈਂ ਗੱਲ ਕਰਾਂ ਕਿ ਰੋਜ਼ ਕਿੰਨਾ ਕੁ ਕਮਾ ਲੈਂਦੇ ਹੋ ਈ ਰਿਕਸ਼ਾ ਚਲਾ ਇਹਦੇ ਜੇ ਸਾਰੀ ਦਿਹਾੜੀ ਦੇਖੀ ਤੇ 400 500 ਬਣ ਜਾਂਦਾ ਉਸ ਤੋਂ ਵੱਧ ਵੀ ਬਣ ਜਾਂਦੇ ਬਾਕੀ ਸਵਾਰੀ ਦੇ ਹਿਸਾਬ ਨਾਲ ਘੱਟ ਵੀ ਬਣ ਜਾਂਦੇ ਨੇ ਫਿਰ ਕਦੇ ਐ ਨਹੀਂ ਹੁੰਦਾ ਹੈਗਾ ਯਾਰ ਮੇਰੇ ਨਾਲ ਦੇ ਤਾਂ ਸਾਰਾ ਦਿਨ ਘੁੰਮਦੇ ਫਿਰਦੇ ਨੇ ਪੜ੍ਹਦੇ ਨੇਗੇ ਵੀ ਮੈਂ ਉਹਨਾਂ ਵਾਂਗ ਹੀ ਕਰਾਂ ਤੇ ਇਹ ਕੰਮ ਕਰਨ ਦੀ ਮੇਰੀ ਹਲੇ ਉਮਰ ਹੈ ਨਹੀਂ ਜੀ ਮਿਹਨਤ ਕਰਨੀ ਹੈ ਮਤਲਬ ਆਪਣੇ ਘਰ ਦੇ ਹਿਸਾਬ ਨਾਲ ਚੱਲੇ ਜਾਂਦੇ ਆ ਸਾਰਿਆਂ ਨੂੰ ਮੈਂ ਦੱਸਾਂ ਕਿ ਇਹ ਧੀ ਦੇ ਨਾ ਹੌਸਲੇ ਇੰਨੇ ਬੁਲੰਦ ਨੇ ਇਹ ਭੈਣ ਦੇ ਹੌਸਲੇ ਇੰਨੇ ਬੁਲੰਦ ਨੇ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀਗੇ ਕਿ ਕਹਿੰਦੇ ਕਿਸੇ ਨੂੰ ਮਦਦ ਲਈ ਨਹੀਂ ਕਹਿਣਾ ਵੀ ਕੋਈ ਵੀਡੀਓ ਦੇਖ ਕੇ ਮਦਦ ਕਰੇ ਇਹ ਗੱਲ ਕਿਸੇ ਨੂੰ ਨਹੀਂ ਕਹਿਣਾ ਸਿਰਫ ਜੇ ਮਦਦ ਚਾਹੀਦੀ ਹੈ ਤਾਂ ਸਰਕਾਰ ਤੋਂ ਚਾਹੀਦੀ ਹੈ ਕਿ ਨੌਕਰੀ ਦੇਵੇ ਸਰਕਾਰ ਤੁਸੀਂ ਈ ਰਿਕਸ਼ਾ ਚਲਾਉਂਦੇ ਹੋਗੇ ਕਦੇ ਇਦਾਂ ਤਾਂ ਨਹੀਂ ਹੋਇਆ ਵੀ ਕਦੇ ਕੋਈ ਗਲਤ ਬੰਦਾ ਰਿਕਸ਼ੇ ਦੇ ਵਿੱਚ ਬਹਿ ਗਿਆ ਹੋਵੇ ਨਹੀਂ ਜੀ ਸਾਡੇ ਸ਼ਹਿਰ 'ਚ ਵੈਸੇ ਜ਼ਿਆਦਾਤਰ ਲੇਡੀਜ਼ ਹੀ ਬਹਿਣਦੀਆਂ ਨੇ ਅਤੇ ਮੈਂ 5 ਜਾਂ 5:30 ਵਜੇ ਤੱਕ ਹੀ ਚਲਾਉਂਦੀ ਹਾਂ ਰਾਤ ਨੂੰ ਨਹੀਂ ਚਲਾਉਂਦੀ ਹਾਂਜੀ